ਕਿੱਦਾਂ ਲੱਗੀ ਮੂਵੀ? I love the movie. I love and I would rate 5 out of 5 for this movie. ਬਹੁਤ ਵਧੀਆ ਮੂਵੀ ਸੀਗੀ ਭਾਜੀ, ਬਹੁਤ ਮਜ਼ਾਦਾਰ ਸੀਗੀ, ਕਹਿ ਸਕਦੇ ਆ ਕਿ ਭਾਈ ਅਲਟੀਮੇਟ ਮੂਵੀ ਹੈ. ਕਨਸੈਪਟ ਨਵਾਂ ਹੈ, ਨਿਊ ਫੇਸਿਸ ਹੈ, ਤਾਂ ਆਲ ਇਨ ਲਾਈਕ 10 ਆਊਟ ਆਫ 10 ਆਈ ਗਿਵ. ਕੀ ਵਧੀਆ ਲੱਗਿਆ ਕੈਚ ਭਾਈ? ਸਭ ਕੁਝ ਬੜੀ ਅਲੱਗ ਹੈ, ਐਕਟਿੰਗ ਦਿਲਜੀਤ ਭਾਈ ਦੀ ਆਖਰ ਫਿਲਮ ਦੀ ਭਾਈ. ਪਾਰਟ 1 ਸੀਗਾ, ਪਾਰਟ 2 ਸੀਗਾ, ਪਾਰਟ 3 ਇਜ਼ ਅਲਟੀਮੇਟ. ਸਕ੍ਰਿਪਟ, ਦੀ ਡਾਇਲੌਗਸ, ਦੀ ਕੈਰੈਕਟਰਸ, ਐਵਰੀਥਿੰਗ ਵਾਸ ਐਕਸਲੈਂਟ ਐਂਡ ਦ ਵੇ ਦਿਲਜੀਤ ਐਂਡ ਨੀਰੂ ਬਾਜਵਾ ਐਜ਼ ਅ ਕਪਲ ਦੇ ਕਮ ਔਨ ਅ ਸਕਰੀਨ, ਵੀ ਲਵ ਇਟ. ਪਿਆਰ ਕੀਤਾ, ਦਿਲ ਤੋੜਿਆ ਤੇ ਦਿਲ ਟੁੱਟਣ ਲੱਗਾ ਕਿ ਸ਼ੀਸ਼ਾ ਆਵਾਜ਼ ਨਹੀਂ ਆਇਆ. ਡਾਇਰੈਕਟ ਉਦਾਂ ਦੀ ਕੀਤੀ ਹੋਈ ਹੈ ਨਾ ਜਗਦੀਪ ਸਰ ਨੇ. ਨੀਰੂ ਬਾਜਵਾ ਜੱਟ ਐਂਡ ਟੂਲੇਟ ਦੀ ਫਿਲਮ, ਇਹਨਾਂ ਦੀ ਜੋ 1, 2, 3 ਸੀਰੀਜ਼ ਬਹੁਤ ਵਧੀਆ, ਔਰ ਇਹਨਾਂ ਦੇ ਜਿਹੜੇ ਪੰਥ ਸੀ ਛੋਟੇ ਛੋਟੇ ਉਹ ਬਹੁਤ ਹੀ ਮੁੱਦਿਆਂ ਤੇ ਸੀ. ਲੈਂਦੇ ਪੰਜਾਬ ਦੀ ਗੱਲ ਹੋਏ, ਚੜ੍ਹਦੇ ਪੰਜਾਬ ਦੀ ਗੱਲ ਹੋਏ, ਚਾਹੇ ਪੁਲਿਸ ਦੀਆਂ ਮਜਬੂਰੀਆਂ ਦੀ ਗੱਲ ਹੋਏ, ਚਾਹੇ ਆਪਣੇ ਨੌਜਵਾਨ ਬੱਚੇ ਬਾਹਰ ਜਾ ਰਹੇ ਨੇ, ਬਹੁਤ ਮੁੱਦਿਆਂ ਨੂੰ ਚੁੰਮਦੇ ਹੋਏ ਫਿਲਮ ਸੁਨੇਹੇ ਦੇਣ 'ਚ ਵੀ ਕਾਮਯਾਬ ਰਹੀ, ਪਰਿਵਾਰਕ ਫਿਲਮ ਵੀ ਰਹੀ. ਜੱਟ ਐਂਡ ਜੂਲੀਅਟ 1 ਦੇਖੀ ਹੈ, 2 ਦੇਖੀ ਹੈ, ਉਹ ਦੇਖੀਏ ਨਹੀਂ ਦੇਖੀ ਕੋਈ ਚੱਕਰ ਨਹੀਂ, ਲੇਕਿਨ 3 ਤਾਂ ਤੁਸੀਂ ਪੱਕਾ ਦੇਖਣਾ ਹੋ ਕਿ ਭਾਈ ਇੰਨੀ ਅਲਟੀਮੇਟ ਮੂਵੀ ਬਣੀ ਹੈ. ਸਵਾਗਤ ਹੈ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ, ਤੇ ਬੜੇ ਲੰਮੇ ਸਮੇਂ ਤੋਂ ਇੰਤਜ਼ਾਰ ਸੀ ਜੱਟ ਐਂਡ ਜੂਲੀਅਟ 3 ਫਿਲਮ ਦਾ, ਅਤੇ ਦਿਲਜੀਤ ਦੁਸਾਂਝ ਨੂੰ ਹਰ ਕੋਈ ਦੇਖਣਾ ਚਾਹੁੰਦਾ ਸੀ, ਕਿਉਂਕਿ ਕੋਈ ਉਹ ਜਗ੍ਹਾ ਨਹੀਂ ਹੋਣੀ ਜਿੱਥੇ ਦਿਲਜੀਤ ਦੁਸਾਂਝ ਨਹੀਂ ਜਾ ਕੇ ਲੋਕਾਂ ਨੂੰ ਖੁਸ਼ ਕੀਤਾ. ਤਾਂ ਹੁਣ ਜਿਹੜੀ ਫਿਲਮ ਹੈ ਸਿਨੇਮਾ ਘਰਾਂ ਦੀ ਸ਼ਿੰਗਾਰ ਬਣ ਚੁੱਕੀ ਹੈ, ਤਾਂ ਲੋਕਾਂ ਤੋਂ ਪੁੱਛਦੇ ਆ ਉਹਨਾਂ ਨੂੰ ਕਿੱਦਾਂ ਲੱਗੀ ਫਿਲਮ, ਅਤੇ ਜਾਣਦੇ ਆ ਕੀ ਲੱਗਿਆ ਸਭ ਤੋਂ ਵਧੀਆ. ਕਿੱਦਾਂ ਲੱਗੀ ਮੂਵੀ? ਆਈ ਲਵ ਦ ਮੂਵੀ, ਆਈ ਲਵ ਐਂਡ ਆਈ ਵੁੱਡ ਰੇਟ 5 ਆਊਟ ਆਫ 5 ਫੋਰ ਦਿਸ ਮੂਵੀ. ਕੀ ਵਧੀਆ ਲੱਗਿਆ ਮੂਵੀ 'ਚ? ਅਸੀਂ ਮਤਲਬ ਔਲ ਫਿਲਮ ਦੀ ਗੱਲ ਕਰੀਏ ਤਾਂ ਕਿਹੜਾ ਜ਼ਿਆਦਾ ਇੱਕ ਪਿਆਰ ਵੀ ਦਿਖਾਇਆ ਗਿਆ ਦੋ ਕੁੜੀਆਂ 'ਚ, ਕੁੜੀਆਂ ਵੀ ਸੋਹਣੀਆਂ ਦੋਵੇਂ. ਆਈ ਥਿੰਕ ਦ ਸਕ੍ਰਿਪਟ, ਦੀ ਡਾਇਲੌਗਸ, ਦੀ ਕੈਰੈਕਟਰਸ, ਐਵਰੀਥਿੰਗ ਵਾਸ ਐਕਸਲੈਂਟ ਐਂਡ ਦ ਵੇ ਦਿਲਜੀਤ ਐਂਡ ਨੀਰੂ ਬਾਜਵਾ ਐਜ਼ ਅ ਕਪਲ ਦੇ ਕਮ ਔਨ ਅ ਸਕਰੀਨ, ਵੀ ਲਵ ਇਟ. ਐਂਡ ਦ ਪਰਫੈਕਟ ਨੇਮ ਫੋਰ ਦੈਮ ਇਜ਼ ਜੱਟ ਐਂਡ ਜੂਲੀਅਟ. ਐਂਡ ਵੈਨ ਵੀ ਟਾਕ ਅਬਾਊਟ ਜੈਸਮਿਨ ਬਾਜਵਾ, ਸ਼ੀ ਇਜ਼ ਅ ਵੈਰੀ ਬਬਲੀ ਗਰਲ ਐਂਡ ਆਈ ਥਿੰਕ ਸ਼ੀ ਇਜ਼ ਅ ਫਰੈਸ਼ ਫੇਸ ਫੋਰ ਦ ਸਕਰੀਨ. ਇੱਦਾਂ ਲੱਗਿਆ ਜਿਵੇਂ ਦਿਲਜੀਤ ਨੇ ਦਿਲ ਵੀ ਤੋੜਿਆ, ਤੇ ਦਿਲ ਵੀ ਐ ਤੋੜਿਆ ਵੀ ਟੁੱਟੇ ਵੀ ਨਾ ਨਾ, ਸ਼ੀਸ਼ਾ ਟੁੱਟੇ, ਸ਼ੀਸ਼ਾ ਟੁੱਟੇ ਪਰ ਆਵਾਜ਼ ਨਾ ਆਏ. ਕਹਿ ਰਹੇ ਯੂ ਆਰ ਐਬਸੋਲੂਟਲੀ ਰਾਈਟ, ਆਈ ਥਿੰਕ ਐਵਰੀ ਗਰਲ ਵੁੱਡ ਲਾਈਕ ਟੂ ਗੈਟ ਹਰ ਹਾਰਟ ਬ੍ਰੋਕਨ ਬਾਈ ਦਿਲਜੀਤ ਇਫ ਹੀ ਬ੍ਰੇਕਸ ਦ ਹਾਰਟ ਇਨ ਦਿਸ ਵੇ. ਦਿਲਜੀਤ ਨੂੰ ਕਿੰਨਾ ਪਸੰਦ ਕਰਦੇ ਵੈਸੇ ਦਿਲਜੀਤ ਸਾਹਮਣੇ ਹੋਏ ਤਾਂ? ਹਾਰਟ ਬੀਟ ਗੋਸ ਲਾਈਕ ਦਿਸ, ਧੜਕਣ ਵੱਜ, ਹਾਂ ਯੂ ਆਰ ਐਬਸੋਲੂਟਲੀ ਰਾਈਟ, ਹਾਰਟ ਬੀਟ ਬਹੁਤ ਤੇਜ਼ ਹੋ ਜਾਤੀ ਹੈ. ਬੰਦਾ ਤੇਜ਼ ਹੈ. He's a legend man. I think no words can describe how much he has evolved as a person, as an actor, as a character. I think he has made India proud and we are proud of him. Thank you. Diljit, mere saath na kuriyan da bhi bahut crush hai ga, te itthe ਅਤੇ ਕਹਿੰਦੇ ਨੇ ਕੁੜੀਆਂ ਜਿਸ ਨੇ ਇੱਥੇ ਮੌਲ ਚ ਆਏ ਸੀ, ਕਹਿੰਦੇ ਬਹੁਤ ਜ਼ਿਆਦਾ ਗਿਣਤੀ ਕੁੜੀਆਂ ਦੀ ਸੀ. ਬਹੁਤ ਜ਼ਿਆਦਾ ਰਸ਼ ਸੀਗਾ, ਇੱਕ ਲਾਈਕ ਸਟੈਪ ਰੱਖਣ ਨੂੰ ਵੀ ਜਗ੍ਹਾ ਨਹੀਂ ਸੀ. ਅਤੇ ਮੂਵੀ ਬਹੁਤ ਸੋਹਣੀ ਹੈ, ਕੌਨਸੈਪਟ ਨਵਾਂ ਹੈ, ਨਿਊ ਫੇਸਿਸ ਹੈ, ਤਾਂ ਆਲ ਇਨ ਲਾਈਕ 10 out of 10 ਆਈ ਗਿਵ. ਬਹੁਤ ਸੋਹਣੀ. ਇਟ ਵਾਸ ਗੁੱਡ ਬਿਕੋਜ਼ ਦਿਲਜੀਤ ਦਾ ਕਰੇਜ਼ ਹੈ ਬਹੁਤ ਜ਼ਿਆਦਾ ਹੈ, ਅਤੇ ਆਈ ਥਿੰਕ ਲਾਸਟ ਟਾਈਮ ਵੀ ਆਪਾਂ ਦੇਖਿਆ ਸੀਗਾ ਦਿਲਜੀਤ ਵਾਸ ਡੂਇੰਗ ਗੁੱਡ ਐਂਡ ਅਲੋਂਗ ਵਿਦ ਨੀਰੂ ਬਾਜਵਾ. ਬਹੁਤ ਹੀ ਅੱਛੀ ਮੂਵੀ ਹੈ, ਡਾਇਰੈਕਟਿੰਗ, ਉਹਨਾਂ ਕਨਸੈਪਟ, ਕਿਉਂਕਿ ਪੁਰਾਣੀ ਜੁੱਟ ਜੱਟ ਐਂਡ ਜੂਲੀਅਟ ਆਪਾਂ ਦੇਖੀ ਹੋਈ ਹੈ, ਅਤੇ ਉਹਦਾ ਨਿਆਂ ਹੈ, ਅਤੇ ਓਬਵੀਅਸਲੀ ਸਿਖਾਇਆ ਨਾ ਉਹਨੇ, ਦਿਲ 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 ਪਿਆਰ ਕੀਤਾ, ਦਿਲ ਤੋੜਿਆ ਤੇ ਦਿਲ ਟੁੱਟਣ ਲੱਗਾ ਕਿ ਸ਼ੀਸ਼ਾ ਆਵਾਜ਼ ਨਹੀਂ ਆਇਆ. ਡਾਇਰੈਕਟ ਉੱਦਾਂ ਦੀ ਕੀਤੀ ਹੋਈ ਹੈ ਨਾ ਜਗਦੀਪ ਸਰ ਨੇ, ਤਾਂ ਕਰਕੇ ਇਸ ਕਰਕੇ ਹਾਂ. ਦਿਲਜੀਤ ਨੂੰ ਮਿਲਣ ਦਾ ਕਿੰਨਾ ਕ੍ਰਸ਼ ਹੈਗਾ ਦਿਲਜੀਤ ਹੁਣ, ਕਿਉਂਕਿ ਸਿਨੇਮਾ ਘਰਾਂ 'ਚ ਫਿਰਦੇ ਨੇ, ਉਹ ਕਹਿੰਦੇ ਕਿਸੇ ਨੂੰ ਮਿਲ, ਉਹਦਾ ਕਿਸਮਤ ਹੈ ਕਿਸੇ ਨੂੰ ਵੀ ਮਿਲ ਸਕਦੇ ਨੇ, ਸਾਨੂੰ ਤਾਂ ਹਾਲੇ ਤੱਕ ਮਿਲੇ ਨਹੀਂ, ਜਗਦੀਪ ਭਾਅ ਜੀ ਮਿਲੇ ਸਾਨੂੰ ਤਾਂ. ਹਾਂਜੀ, ਜੇ ਮਿਲ ਜਾਂਦਾ ਬੜੀ ਵਧੀਆ ਵਧੀਆ ਕਿਸਮਤ, ਬਹੁਤ ਵਧੀਆ ਕਿਸਮਤ ਹੈ, ਉਹ ਤਾਂ ਹੈ ਹੀ.
ਬਿਲਕੁਲ ਦਰਸ਼ਕਾਂ ਨੂੰ ਫਿਲਮ ਦੇ ਰਿਗਾਰਡਿੰਗ ਕੀ ਕਹਿਣਾ ਚਾਹੁੰਦੇ ਹੋ? ਲਾਈਕ ਫੁੱਲ ਟਾਈਮ ਐਂਟਰਟੇਨਮੈਂਟ ਹੈ, ਤੁਹਾਨੂੰ ਫੈਮਿਲੀ ਨਾਲ ਆਉਣਾ ਚਾਹੀਦਾ, ਈਵਨ ਤੁਸੀਂ ਆਪਣੇ ਫਰੈਂਡਸ ਨਾਲ ਵੀ ਆ ਸਕਦੇ, ਤਾਂ ਯਾ ਗੁੱਡ, ਵੈਰੀ ਗੁੱਡ, ਥੈਂਕ ਯੂ। ਬੜੀਆ ਫਿਲਮ ਸੀ, ਸਹੀ ਫਿਲਮ ਸੀ ਭਾਈ। ਕੀ ਵਧੀਆ ਲੱਗਿਆ ਕੱਚ ਭਾਈ? ਸਭ ਕੁਝ ਬੜੀਆ ਲੱਗਿਆ, ਐਕਟਿੰਗ ਦਿਲਜੀਤ ਭਾਈ ਦੀ, ਆਖਰ ਫਿਲਮ ਸੀ ਭਾਈ। ਹਰਿਆਣੇ ਤੋਂ? ਹਰਿਆਣੇ ਦਾ ਆ ਰਿਹਾ ਭਾਈ ਦੇਖਣ ਫਿਲਮ। ਅੱਛਾ, ਹਾਂ ਭਾਈ। ਤੇ ਕੱਚੀ ਕੱਚੀ ਚਾਹੀਦੀ ਹੈ? ਕੱਚੀ ਕੱਚੀ ਕੇ ਭਾਈ, ਜੋ ਬੋਲ ਰਿਹਾ ਸੀ ਕੱਚੀ ਕੱਚੀ ਕੇ, ਕੱਚੀ ਭਾਈ। ਭਾਈ ਬੜੀਆ ਫਿਲਮ ਸੀ, ਆਖਰ ਫਿਲਮ ਸੀ ਭਾਈ, ਬਹੁਤ ਵਧੀਆ ਮੂਵੀ ਸੀਗੀ ਭਾਜੀ, ਬਹੁਤ ਮਜ਼ਾਦਾਰ ਸੀਗੀ, ਕਹਿ ਸਕਦੇ ਹਾਂ ਕਿ ਭਾਈ ਅਲਟੀਮੇਟ ਮੂਵੀ ਹੈ। ਸੀਕੁਅਲ ਆਇਆ ਪਾਰਟ 1 ਸੀਗਾ, ਪਾਰਟ 2 ਸੀਗਾ, ਪਾਰਟ 3 ਇਜ਼ ਅਲਟੀਮੇਟ। ਕਿਹਾ ਕਹਿੰਦੇ ਪੰਜਾਬ ਦੇ ਜਾਂ ਕੋਈ ਵੀ ਮੁੰਡੇ, ਕਹਿੰਦੇ ਮੁੰਡੇ ਭਾਵੇਂ ਨਸ਼ੇੜੀ ਹੋਣ ਜਿਹੜੇ ਹੋਣ, ਪਰ ਕਹਿੰਦੇ ਕੁੜੀ ਸੋਹਣੀ ਪਾਲਦੇ ਨਾਲ ਪੈਸਾ ਪਾਲਦੇ ਨੇ। ਦੇਖੋ ਇਹ ਤਾਂ ਮੁੰਡਿਆਂ ਦੀ ਫਿਤਰਤ ਹੈ, ਮੈਨ ਵਿਲ ਬੀ ਮੈਨ। ਵੈਸੇ ਉਹਨੇ ਦਿਖਾਇਆ ਵੀ ਮੁੰਡੇ, ਚਲ ਮਿਹਨਤੀ ਬੰਦਾ ਤਾਂ ਭਾਲੇ ਹੁਣ, ਕਹਿੰਦੇ ਤੇ ਕਾਲੇ ਵੀ ਕਹਿੰਦੇ ਨੇ ਗੋਰੀ ਚਾਹੀਦੀ। ਦੇਖੋ ਜੀ ਹੁਣ ਕੁੜੀ ਆਉਣੀ ਚਾਹੀਦੀ ਆ, ਉਹੀ ਚੀਜ਼ ਹੋਈ ਹੋਈ ਆ, ਕੁੜੀ ਆਵੇ ਚਾਹੇ ਇੱਧਰੋਂ ਆਵੇ ਚਾਹੇ ਉੱਧਰੋਂ ਆਵੇ, ਜਿਹਦਾ ਵਿਆਹ ਨਹੀਂ ਹੋ ਰਿਹਾ ਉਹਨੂੰ ਤਾਂ ਇੱਦਾਂ ਹੀ ਲੱਗੇਗਾ ਜੀ। ਕੀ ਕਹਿਣਾ ਚਾਹੁੰਦੇ ਹੁੰਦੇ ਨੇ, ਇਹ ਵੀ ਕਿਹਾ ਨਾ ਕਿਵੇਂ ਵਧੀਆ ਰੋਮੈਂਟਿਕ ਵੀ ਹੈਗਾ, ਅਤੇ ਕੀ ਕਹਿਣਾ ਚਾਹੁੰਦੇ ਦਰਸ਼ਕਾਂ ਨੂੰ? ਦੇਖੋ ਮੈਂ ਕਹੂੰਗਾ ਜੀ, ਅਗਰ ਤੁਸੀਂ ਅਗਰ ਜੱਟ ਐਂਡ ਜੂਲੀਅਟ 1 ਦੇਖੀ ਹੈ, 2 ਦੇਖੀ ਹੈ, ਉਹ ਦੇਖੀਏ ਨਹੀਂ ਦੇਖੀ ਕੋਈ ਚੱਕਰ ਨਹੀਂ, ਲੇਕਿਨ 3 ਤਾਂ ਤੁਸੀਂ ਪੱਕਾ ਦੇਖਣ ਆਓ ਕਿ ਭਾਈ ਇੰਨੀ ਅਲਟੀਮੇਟ ਮੂਵੀ ਬਣੀ ਹੈ। ਕਹਿੰਦੇ ਸੀਕੁਅਲ ਕੰਮ ਨਹੀਂ ਕਰਦਾ, ਇਹ ਅਲਟੀਮੇਟ ਸੀਕੁਅਲ ਹੈ ਜੀ। ਮੈਂ ਕਹੂੰਗਾ ਦਿਲਜੀਤ ਭਾਅ ਜੀ ਦਾ, ਨੀਰੂ ਮੈਮ ਦਾ, ਜੈਸਮਿਨ ਦਾ ਅਲਟੀਮੇਟ, ਹਰੇਕ ਟੀਮ ਮੈਂਬਰ ਦਾ ਬਹੁਤ ਅਲਟੀਮੇਟ ਕੰਮ ਹੈ ਜੀ। ਥੈਂਕ ਯੂ ਸੋ ਮਚ। ਬਹੁਤ ਵਧੀਆ ਫਿਲਮ ਸੀ ਭਾਅ ਜੀ, ਮੈਂ ਐਵੇਂ ਕਹਾਂ। ਜਿਹੜੀ ਜੱਟ ਐਂਡ ਜੂਲੀਅਟ, ਇਹ ਨਾ ਇੱਕ ਸੀਰੀਜ਼ ਆਪਣੇ ਆਪ ਦੇ ਵਿੱਚ ਇੱਕ ਜਿਵੇਂ ਹੁੰਦਾ ਨਾ ਠੱਪਾ, ਪਰੂਫ ਕਰ ਚੁੱਕੀ ਹੈ, ਅੱਛੀ ਤਾਂ ਲੱਗਣੀ ਹੈ ਹੀ ਹੈ। ਨੀਰੂ ਬਾਜਵਾ, ਦਿਲਜੀਤ ਦੋਸਾਂਝ, ਪੰਜਾਬ ਨੂੰ ਬਹੁਤ ਵੀਰ ਸਿੰਘ ਪ੍ਰਮੋਟ ਕੀਤਾ ਹੋਇਆ ਬਾਹਰ ਜਾ ਕੇ, ਮੈਂ ਉਸੇ 'ਤੇ ਹੀ ਆ ਰਿਹਾ ਜੀ। ਨੀਰੂ ਬਾਜਵਾ, ਜੱਟ ਐਂਡ ਜੂਲੀਅਟ ਦੀ ਫਿਲਮ, ਇਹਨਾਂ ਦੀ ਜੋ 1, 2, 3 ਸੀਰੀਜ਼ ਬਹੁਤ ਵਧੀਆ, ਔਰ ਇਹਨਾਂ ਦੇ ਜਿਹੜੇ ਪੰਨ ਸੀ ਛੋਟੇ ਛੋਟੇ, ਉਹ ਬਹੁਤ ਹੀ ਮੁੱਦਿਆਂ 'ਤੇ ਸੀ। ਲੈਂਦੇ ਪੰਜਾਬ ਦੀ ਗੱਲ ਹੋਏ, ਚੜ੍ਹਦੇ ਪੰਜਾਬ ਦੀ ਗੱਲ ਹੋਏ, ਚਾਹੇ ਪੁਲਿਸ ਦੀਆਂ ਮਜਬੂਰੀਆਂ ਦੀ ਗੱਲ ਹੋਏ, ਚਾਹੇ ਆਪਣੇ ਨੌਜਵਾਨ ਬੱਚੇ ਬਾਹਰ ਜਾ ਰਹੇ ਨੇ, ਬਹੁਤ ਮੁੱਦਿਆਂ ਨੂੰ ਚੁਣਦੇ ਹੋਏ ਫਿਲਮ ਸੁਨੇਹੇ ਦੇਣ 'ਚ ਵੀ ਕਾਮਯਾਬ ਰਹੀ, ਪਰਿਵਾਰਕ ਫਿਲਮ ਵੀ ਰਹੀ, ਬਹੁਤ ਵਧੀਆ ਇਹਨੇ ਬੰਨੀ ਰੱਖਿਆ ਅਤੇ ਇੰਜੋਏ ਪੂਰਾ ਕਰਾਇਆ। ਅਤੇ ਮਤਲਬ ਆਪਾਂ ਕਹੀਏ ਵੀ 10 'ਚ ਕਿੰਨੇ ਨੰਬਰ ਚਾਹੀਏਗੀ, ਹੋ ਜਾਣਗੇ ਤਾਂ ਕਿੰਨੇ ਦੇਣਾ ਚਾਹੋ? 10 ਚੋਂ 10 ਹੀ ਬਣਦੇ ਆ, ਕਿਉਂਕਿ ਦੇਖੋ ਜੀ ਦਿਲਜੀਤ ਦੋਸਾਂਝ ਸਾਡਾ ਜਿਵੇਂ ਬਾਲੀਵੁੱਡ 'ਚ ਅਮੀਰ ਖਾਨ ਹੁੰਦਾ ਨਾ, ਉਹਦੀ ਵੇਟ ਹੁੰਦੀ ਹੈ ਕਿ ਘੱਟ ਫਿਲਮਾਂ ਹੁੰਦੀਆਂ ਅਤੇ ਲੋਕ ਵੇਟ ਕਰਦੇ ਨੇ ਉਹਦੀ ਫਿਲਮ ਦੀ, ਉੱਦਾਂ ਹੀ ਦਿਲਜੀਤ ਦੋਸਾਂਝ ਜੀ ਉਹ ਮੁਕਾਮ ਹਾਸਲ ਕਰ ਚੁੱਕੇ ਨੇ। ਕਿਹਾ ਸੀ ਕਹਿੰਦੇ ਜਿੰਨੀ ਦਿਲਜੀਤ ਦੀ ਐਕਟਿੰਗ ਹੈਗੀ ਸ਼ਾਹੀ ਦੀ, ਅਸੀਂ ਕਹਿੰਦੇ ਮੈਂ ਵੀ ਫੈਨ ਹਾਂ ਸ਼ਾਹਰੁਖ ਖਾਨ ਜੀ ਨੂੰ, ਕਿੰਗ ਕਿੰਗ ਮੈਨ ਕਿਹਾ। ਬੜੀ ਵੱਡੀ ਗੱਲ ਹੈ ਜੀ, ਆਪਣੇ ਪੰਜਾਬ ਬਾਰੇ ਇਹ ਗੱਲ ਕਹਿਣੀ ਪੰਜਾਬੀ ਕਲਾਕਾਰ ਲਈ, ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਬਾਲੀਵੁੱਡ ਦਾ ਜੋ ਕਿੰਗ ਹੈ ਉਹ ਇਹ ਗੱਲ ਕਹਿ ਰਿਹਾ। ਔਰ ਮੈਂ ਤੁਹਾਨੂੰ ਇਸੇ ਲੱਗਦੇ ਕਹਿ ਰਿਹਾ ਕਿ ਦਿਲਜੀਤ ਦੋਸਾਂਝ ਆਪਣੇ ਆਪ ਦੇ ਵਿੱਚ ਜਿਹੜੀ ਵੀ ਫਿਲਮ 'ਚ ਹੁੰਦੇ ਨੇ ਉਹ ਜਾਨ ਪਾ ਦਿੰਦੇ ਨੇ, ਅਤੇ 10 ਚੋਂ ਇੰਨੇ ਕੁ ਨੰਬਰ ਪਾ ਦਿੰਦੇ ਤਾਂ 12 ਨੂੰ ਫਿਰਦੇ ਨੇ। ਸੋ ਅਸੀਂ ਦਰਸ਼ਕਾਂ ਤੋਂ ਜਾਣਿਆ ਅਤੇ ਉਹਨਾਂ ਦੇ ਵੱਲੋਂ ਇਹ ਕਿਹਾ ਕਿ ਦਿਲਜੀਤ ਦੋਸਾਂਝ ਜਿਹੜੇ ਐਕਟਰ ਨੇ, ਇਸ ਇਹਨਾਂ ਨੇ ਪੂਰੇ ਪੰਜਾਬ ਅਤੇ ਪੂਰੇ ਪੰਜਾਬੀਅਤ ਦੀ ਜਿਹੜੀ ਗੱਲ ਹੈ ਪੂਰੇ ਦੇਸ਼ ਵਿਦੇਸ਼ਾਂ ਦੇ ਵਿੱਚ ਪੰਜਾਬੀ ਦਾ ਨਾਮ ਉੱਚਾ ਕੀਤਾ, ਅਤੇ ਹਰ ਇੱਕ ਨੂੰ ਜਿਹੜੀ ਫਿਲਮ ਹੈਗੀ ਹੈ ਸਿਨੇਮਾ ਘਰਾਂ 'ਚ ਆ ਕੇ ਦੇਖਣੀ ਚਾਹੀਦੀ ਹੈ, ਕਿਉਂਕਿ ਬਹੁਤ ਵਧੀਆ ਇੱਕ ਫਿਲਮ ਹੈ ਅਤੇ ਇੱਕ ਹਾਸਾ ਰੋਮੈਂਟਿਕ ਅਤੇ ਸਭ ਕੁਝ ਇੱਕੋ ਫਿਲਮ 'ਚ ਦੇਖਣ ਨੂੰ ਮਿਲੇਗਾ। ਸੋ ਜੁੜਿਓ ਡੇਲੀ ਪੋਸਟ ਪੰਜਾਬੀ ਨਾਲ, ਕੈਮਰਾ ਪਰਸਨ ਅਭਿਸ਼ੇਕ ਦੇ ਨਾਲ ਸੰਦੀਪ ਕੰਬੋਸ਼ ਮੋਹਾਲੀ ਤੋਂ।